ਜਮਾਤ ਪਿਆਲੀ ਵਿਸ਼ਾ ਗਣਿਤ ਪਿਆਰੇ ਬੱਚਿਓ ਅੱਜ ਅਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 11 ਅਤੇ ਪੰਨਾ ਨੰਬਰ 12 ਦੇ ਸਵਾਲ ਹੱਲ ਕਰਾਂਗੇ ਆਓ ਸ਼ੁਰੂ ਕਰੀਏ ਦੇਖੋ ਗੁਬਾਰੇ ਗਿਨੋ ਸੰਖਿਆ ਪਹਿਚਾਣੋ ਅਤੇ ਮਿਲਾਨ ਕਰੋ ਤੁਸੀਂ ਦੇਖ ਰਹੇ ਹੋ ਇੱਥੇ ਕੁਝ ਗੁਬਾਰੇ ਹਨ ਤੁਸੀਂ ਇੰਨਾ ਗੁਬਾਰਿਆਂ ਨੂੰ ਗਿਣਨਾ ਹੈ ਅਤੇ ਸੰਖਿਆ ਨੂੰ ਪਹਿਚਾਨ ਕੇ ਉਹਨਾਂ ਦੇ ਨਾਲ ਮਿਲਾਨ ਕਰਨਾ ਹੈ ਆਓ ਗੁਬਾਰੇ ਗਿੰਦੇ ਹਾਂ 1 2 ਇਹ ਦੋ ਗੁਬਾਰੇ ਹਨ ਇਨ੍ਹਾਂ ਦੋ ਗੁਬਾਰਿਆਂ ਨੂੰ ਅਸੀਂ ਸੰਖਿਆ 2 ਦੇ ਨਾਲ ਮਿਲਾਵਾਂਗੇ ਅੱਗੇ ਗਿੰਦੇ ਹਾਂ 1 2 3 4 ਇਹ ਚਾਰ ਗੁਬਾਰੇ ਹਨ ਤਾਂ ਦੇਖੋ ਬੱਚਿਓ ਸੰਖਿਆ 4 ਕਿੱਥੇ ਹੈ ਹਾਂਜੀ ਅਸੀਂ ਇੰਨਾ ਚਾਰ ਗੁਬਾਰਿਆਂ ਨੂੰ ਸੰਖਿਆ 4 ਦੇ ਨਾਲ ਮਿਲਾਵਾਂਗੇ 1 2 3 ਇੰਨਾ ਤਿੰਨ ਗੁਬਾਰਿਆਂ ਨੂੰ ਕਿਹੜੀ ਸੰਖਿਆ ਨਾਲ ਮਿਲਾਵਾਂਗੇ ਹਾਂਜੀ ਸੰਖਿਆ 3 ਦੇ ਨਾਲ 1 2 3 4 5 ਇਹ ਪੰਜ ਗੁਬਾਰੇ ਹਨ ਇੰਨਾ ਪੰਜ ਗੁਬਾਰਿਆਂ ਨੂੰ ਸੰਖਿਆ 5 ਨਾਲ ਮਿਲਾਉਂਦੇ ਹਾਂ 1 ਇਹ ਇੱਕ ਗੁਬਾਰਾ ਹੈ ਤਾਂ ਦੇਖੋ ਸੰਖਿਆ 1 ਕਿੱਥੇ ਹੈ ਹਾਂਜੀ ਇਹ ਸੰਖਿਆ 1 ਹੈ ਇੱਕ ਗੁਬਾਰੇ ਨੂੰ ਸੰਖਿਆ 1 ਨਾਲ ਮਿਲਾਉਂਦੇ ਹਾਂ ਅੱਗੇ ਹੈ ਆਪਣੀਆਂ ਮਨਪਸੰਦ ਵਸਤੂਆਂ ਬਣਾਓ ਤੁਸੀਂ ਦੇਖ ਰਹੇ ਹੋ ਬੱਚਿਓ ਇੱਥੇ ਕੁਝ ਸੰਖਿਆਵਾਂ ਹਨ ਤੁਸੀਂ ਇਨ੍ਹਾਂ ਸੰਖਿਆਵਾਂ ਦੇ ਹੇਠ ਵਸਤੂਆਂ ਬਣਾਉਣੀਆਂ ਹਨ ਜਿੰਨੀ ਸੰਖਿਆ ਹੈ ਉੰਨੀਆਂ ਹੀ ਵਸਤੂਆਂ ਬਣਾਉਣੀਆਂ ਹਨ ਦੇਖੋ ਇਹ ਸੰਖਿਆ 4 ਹੈ ਮੈਂ ਇਸ ਡੱਬੇ ਦੇ ਵਿੱਚ 4 ਗੁਬਾਰੇ ਬਣਾਏ ਹਨ ਤਾਂ ਦੇਖੋ ਬੱਚਿਓ ਅੱਗੇ ਸੰਖਿਆ ਹੈ 3 ਬੱਚਿਓ ਤੁਸੀਂ ਆਪਣੀ ਮਨਪਸੰਦੀਆਂ ਕੋਈ ਵੀ 3 ਵਸਤੂਆਂ ਨੂੰ ਇਸ ਡੱਬੇ ਵਿੱਚ ਬਣਾਉਣਾ ਹੈ ਜਿਸ ਤਰ੍ਹਾਂ ਮੈਂ ਆਈਸਕ੍ਰੀਮ ਬਣਾਈਆਂ ਹਨ ਇਸ ਤਰ੍ਹਾਂ ਹੀ ਤੁਸੀਂ ਬੱਚਿਓ ਅੱਗੇ ਸੰਖਿਆ 5 ਦੇ ਡੱਬੇ ਵਿੱਚ ਕੋਈ ਵੀ ਮਨਪਸੰਦ 5 ਵਸਤੂਆਂ ਬਣਾਉਣੀਆਂ ਹਨ ਫਿਰ ਕੋਈ ਵੀ ਇੱਕ ਵਸਤੂ ਬਣਾਉਣੀ ਹੈ ਅਤੇ ਫਿਰ ਅਗਲੇ ਡੱਬੇ ਵਿੱਚ ਕੋਈ ਵੀ ਮਨਪਸੰਦ ਦੋ ਵਸਤੂਆਂ ਬਣਾਉਣੀਆਂ ਹਨ ਅੱਗੇ ਹੈ ਪਾਸੇ ਤੇ ਜਿੰਨੇ ਬਿੰਦੂ ਦਿਖਾਈ ਦੇ ਰਹੇ ਹਨ ਉਨੇ ਹੀ ਮੋਤੀ ਮਾਲਾ ਵਿੱਚ ਬਣਾਓ ਅਤੇ ਅੰਕਾਂ ਨਾਲ ਮਿਲਾਓ ਜਿਸ ਤਰ੍ਹਾਂ ਬੱਚਿਓ ਇਸ ਪਾਸੇ ਤੇ ਤਿੰਨ ਬਿੰਦੂ ਦਿਖਾਈ ਦੇ ਰਹੇ ਹਨ ਅਤੇ ਮਾਲਾ ਵਿੱਚ ਤਿੰਨ ਮੋਤੀ ਹਨ ਇਨ੍ਹਾਂ ਤਿੰਨਾਂ ਮੋਤੀਆਂ ਨੂੰ ਸੰਖਿਆ 3 ਨਾਲ ਮਿਲਾਉਣਾ ਹੈ ਆਓ ਅਗਲੇ ਪਾਸੇ ਦੇ ਬਿੰਦੂ ਗਿੰਦੇ ਹਾਂ 1 2 3 4 5 ਇਹ ਪੰਜ ਬਿੰਦੂ ਹਨ ਹੁਣ ਮਾਲਾ ਦੇ ਵਿੱਚ ਪੰਜ ਮੋਤੀ ਬਣਾਉਂਦੇ ਹਾਂ ਇਨ੍ਹਾਂ ਪੰਜ ਮੋਤੀਆਂ ਨੂੰ ਹੁਣ ਸੰਖਿਆ 5 ਨਾਲ ਮਿਲਾਵਾਂਗੇ ਅੱਗੇ ਦੇਖੋ 1 2 ਇਸ ਪਾਸੇ ਤੇ ਦੋ ਬਿੰਦੂ ਹਨ ਤਾਂ ਇਸ ਮਾਲਾ ਵਿੱਚ ਦੋ ਮੋਤੀ ਬਣਾਵਾਂਗੇ ਅਤੇ ਇਸ ਨੂੰ ਸੰਖਿਆ 2 ਨਾਲ ਮਿਲਾਵਾਂਗੇ। ਦੇਖੋ ਇਸ ਪਾਸੇ ਤੇ ਚਾਰ ਬਿੰਦੂ ਹਨ ਅਤੇ ਮਾਲਾ ਵਿੱਚ ਚਾਰ ਮੋਤੀ ਬਣਾਵਾਂਗੇ ਅਤੇ ਸੰਖਿਆ 4 ਨਾਲ ਮਿਲਾਵਾਂਗੇ। ਉਸ ਤਰ੍ਹਾਂ ਹੀ ਇਸ ਪਾਸੇ ਤੇ ਇੱਕ ਬਿੰਦੂ ਹੈ ਤਾਂ ਮਾਲਾ ਵਿੱਚ ਇੱਕ ਮੋਤੀ ਬਣਾਇਆ ਸੰਖਿਆ 1 ਨਾਲ ਮਿਲਾਇਆ। ਅੱਗੇ ਹੈ ਦਿੱਤੇ ਅੰਕ ਅਨੁਸਾਰ ਗਮਲੇ ਵਿੱਚ ਫੁੱਲ ਬਣਾਓ। ਦੇਖੋ ਬੱਚਿਓ ਗਮਲਿਆਂ ਤੇ ਅੰਕ ਲਿਖੇ ਹੋਏ ਹਨ। ਇਹ ਅੰਕ 3 ਹੈ ਇਸ ਗਮਲੇ ਵਿੱਚ 3 ਫੁੱਲ ਬਣਾਵਾਂਗੇ ਇਸ ਗਮਲੇ ਤੇ ਅੰਕ 5 ਹੈ ਤਾਂ ਇਸ ਗਮਲੇ ਵਿੱਚ 5 ਫੁੱਲ ਬਣਾਵਾਂਗੇ ਤਾਂ ਬੱਚੋ ਇਸੇ ਤਰ੍ਹਾਂ ਹੀ ਤੁਸੀਂ ਦਿੱਤੇ ਅੰਕ ਦੇ ਅਨੁਸਾਰ ਗਮਲੇ ਵਿੱਚ ਫੁੱਲ ਬਣਾਉਣੇ ਹਨ ਪਿਆਰੇ ਬੱਚੋ ਹੁਣ ਤੁਸੀਂ ਵੀ ਆਪਣੇ ਘਰ ਆਪਣੀ ਕਿਤਾਬ ਦੇ ਪੇਜ ਨੰਬਰ 11 ਅਤੇ ਪੇਜ ਨੰਬਰ 12 ਤੇ ਸੋਨਾ ਸੋਨਾ ਕੰਮ ਕਰਨਾ ਹੈ ਧੰਨਵਾਦ